Come on.
ਸ੍ਰੀ ਅੰਗਦ ਗੁਰਤਿ ਅਮਰਦਾਸ ਰਾਮਦਾਸ ਹਰਿ ਸਹਾਇ ਅਰਜਨ ਹਰਿ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਕਰ ਨੋ ਨਿਧਿ ਆਵੈ ਧਾਏ ਸਭ ਤਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਤਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਅਣਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਜਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਟੋਕਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕਿੱਸਾਂ ਸਵਾਸਾਂ ਨਾਲ ਨਿਭਾਏ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਿਆ ਵਿੱਚ ਧਿਆਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਏ ਤਾ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਭਲਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇ ਸਦਾਨ ਰਹਿਤ ਦਾਨ ਬਵੇਕ ਦਾਨ ਵਿਸਾ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਿਆ ਟਲ ਧਰਮ ਕਾ ਜੈਕਾਰ ਭਲਾ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਮੇਰੀ ਪੀਰੀ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪ ਜੀਆਂ ਦੇ ਮਹਾਨ ਪਾਵਨ ਪਵਿੱਤਰ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀਆਂ ਦੇ ਚਰਨ ਕਮਲਾਂ ਵਿਖੇ
ਅਰਦਾਸ ਬੇਨਤੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀਓ, ਕੱਲ ਆਈ ਕੁੱਤੇ ਮੋਈ ਖਾਜ ਹੋਆ ਉਰਧਾਰ ਵਸਾਈ, ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕਉ ਖਾਈ, ਰਾਜੇ ਸੀ ਮੁਕਦਮ ਕੁੱਤੇ ਜਾਏ ਜਗਾਏ ਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਘਾਓ ਰੱਤ ਪਿਰਤ ਕੁੱਤਿਓ ਚੱਟ ਜਾਓ, ਦੇ ਮਹਾਂਵਾਕਾਂ ਅਨੁਸਾਰ 1984 ਦੇ ਸਮੇਂ ਦੌਰਾਨ ਜੂਨ ਦੇ ਪਹਿਲੇ ਹਫ਼ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਭਾਰਤ ਦੇਸ਼ ਦੀ ਪ੍ਰਧਾਨ ਮੰਤਰੀ ਵੱਲੋਂ ਸਮੂਹ ਸਰਬ ਸਾਂਝੀ ਵਾਲਤਾ ਦਾ ਘਰ ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ, ਬਦੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸਿੱਖਾਂ ਦਾ ਸਰਵ ਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਹੋਰ ਬੇਅੰਤ ਗੁਰਧਾਮਾਂ ਉੱਪਰ ਸਤਿਗੁਰੂ ਸਾਹਿਬ ਜੀਓ ਸਮੇਂ ਦੀ ਹਕੂਮਤ ਵੱਲੋਂ ਫੌਜਾਂ ਦੇ ਕੜਕ ਚੜ੍ਹਾ ਕੇ ਤੋਪਾਂ ਟੈਂਕਾਂ ਗੋਲਿਆਂ ਦੇ ਨਾਲ ਹਮਲਾ ਕੀਤਾ ਗਿਆ, ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀਓ ਮਹਾਰਾਜ ਆਪ ਜੀਆਂ ਦੇ ਸ਼ਹੀਦੀ ਪੁਰਬ ਨੂੰ ਨਤਮਸਤਕ ਹੋਣ ਵਾਸਤੇ ਦਰਸ਼ਨ ਕਰਨ ਵਾਸਤੇ ਹਰ ਵਰਗ ਹਰ ਧਰਮ ਦੀਆਂ ਆਈਆਂ ਹੋਈਆਂ ਸੰਗਤਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ, ਬੱਚੇ ਬੁੱਢੇ ਬਿਰਧ ਔਰਤਾਂ ਪਾਤਸ਼ਾਹ ਜੀਓ ਸਮੁੱਚੀ ਸੰਗਤ ਦੇ ਉੱਤੇ ਬਹੁਤ ਜ਼ੁਲਮ ਤਸ਼ੱਦਦ ਹੋਏ। ਸਤਿਗੁਰੂ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਦਰ ਘਰ ਦੇ ਸੇਵਾਦਾਰ ਹਰ ਕਾ ਸੇਵਕ ਹਰ ਹੀ ਜਿਹਾ ਭੇਦ ਨਾ ਜਾਣੋ ਮਾਣ ਸੰਦੇਹਾ ਦੇ ਮਹਾਂਵਾਕਾਂ ਤੇ ਪਹਿਰਾ ਦੇਣ ਵਾਲੇ 20ਵੀਂ ਸਦੀ ਦੇ ਮਹਾਨ ਜਰਨੈਲ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਟਾਂ ਵਾਲੇ ਅਤੇ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਅਕਾਲ ਪੁਰਖ ਦੀ ਫੌਜ ਮਰ ਜੀਵੜਿਆਂ ਦੀ ਫੌਜ ਦੇ ਚੀਫ ਇਨ ਕਮਾਂਡਰ ਜਨਰਲ ਸ਼ਬੇਕ ਸਿੰਘ ਜੀ ਅਤੇ ਕੌਮ ਦੇ ਮਹਾਨ ਸੂਰ ਵੀਰ ਯੋਧੇ ਸੰਤ ਬਾਬਾ ਥਾਰਾ ਸਿੰਘ ਜੀ ਦੀ ਅਗਵਾਈ ਹੇਠ ਬੇਅੰਤ ਸੂਰ ਵੀਰ ਯੋਧਿਆਂ ਨੇ ਘੱਟ ਗਿਣਤੀ ਹੁੰਦਿਆਂ ਹੋਇਆ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਪੈ ਪਾਉਣ ਲੱਗੇ ਹੋ ਤਬੈ ਰੋਸ ਜਾਗੇ ਉਹਦੇ ਮਹਾਂਵਾਕਾਂ ਅਨੁਸਾਰ ਦੁਸ਼ਮਣ ਦਲਾਂ ਨੂੰ ਮੌਤ ਦੇ ਘਾਟ ਉਤਾਰਿਆ ਅਤੇ ਆਪ ਜੀ ਦਾ ਪਾਵਨ ਪਵਿੱਤਰ ਬਚਨ ਕਮਾਉਂਦੇ ਹੋਏ ਸਤਿਗੁਰ ਆਗੈ ਸੀਸ ਭੇਟ ਦਿਓ, ਜੇ ਸਤਿਗੁਰ ਸੱਚ ਹੈ ਭਾਵੈ ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਪੁਰਜਾ ਪੁਰਜਾ ਕਟ ਮਰੈ ਕਦੋਂ ਨਾ ਛੱਡੈ ਖੇਤ, ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ, ਇਕ ਮਾਰਗ ਪੈਰ ਤਰੀਜੈ ਸਿਰ ਤੀਜੈ ਕਾਣ ਨਾ ਕੀਜੈ, ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰਾ ਮਨ ਆਨੰਦ, ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ ਮਹਾਂਵਾਕਾਂ ਅਨੁਸਾਰ ਸਮੂਹ ਮਹਾਨ ਸੂਰਬੀਰ ਯੋਧਿਆਂ ਦਾ ਸ਼ਹੀਦੀ ਦਿਹਾੜਾ ਮਨਾਉਂਦੇ ਹੋਏ
ਤੀਸਰਾ ਕੱਲੋ ਕਾਰੇ ਦੇ ਸੰਬੰਧ ਵਿੱਚ ਧੁਰਕੀ ਬਾਣੀ ਦੇ ਜਾਪ ਉਪਰੰਤ ਇਲਾਹੀ ਬਾਣੀ ਦੇ ਕੀਰਤਨ ਹੋਏ। ਸਤਿਗੁਰੂ ਸਾਹਿਬ ਜੀਓ ਕਿਰਪਾ ਕਰਨੀ ਗੁਰਬਾਣੀ ਕੀਰਤਨ ਦਾ ਭਾਵ ਸਮੋਹ ਸੰਗਤ ਦੇ ਹਿਰਦਿਆਂ ਤੇ ਵਸਾਉਣਾ, ਸਭ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਰ ਭਰੋਸਾ ਨਾਮ ਦਾਨ ਬਖਸ਼ਣਾ, ਸ਼ੁਭ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਸਤਿਗੁਰੂ ਸਾਹਿਬ ਜੀਓ ਕਿਰਪਾ ਕਰਨੀ ਖਾਲਸਾ ਪੰਥ ਅੰਦਰ ਏਕਤਾ ਇਤਫਾਕ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ, ਹਰ ਮੈਦਾਨ ਫਤਿਹ ਬਖਸ਼ਣੀ। ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਆਪ ਜੀ ਦੇ ਹਜ਼ੂਰ ਸ਼ਬਦ ਕੀਰਤਨ ਆਨੰਦ ਸਾਹਿਬ ਸ਼੍ਰੀ ਪੌੜੀਆਂ ਜੀ ਕੀ ਅਰਦਾਸ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮਵਾਬ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ, ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਸਥਾਨ 'ਤੇ ਬੈਠੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਸਿਰਫ ਇੱਕ ਮਿੰਟ ਆਪ ਜੀ ਦਾ ਲੈਣਾ। ਅੱਜ ਕੌਮ ਬੜੇ ਔਖੇ ਸੰਕਟ 'ਚੋਂ ਗੁਜ਼ਰ ਰਹੀ ਹੈ। ਆਓ ਰਲ ਮਿਲ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਨ ਦੇ ਉੱਤੇ ਉਹਨਾਂ ਪਰੰਪਰਾਵਾਂ ਨੂੰ ਮੁੜ ਸੁਰਜੀਤ ਕਰੀਏ ਜਦੋਂ ਕੌਮ ਦੇ ਸਾਰੇ ਧੜੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਹਜ਼ੂਰੀ 'ਚ ਬੈਠ ਕੇ ਸੰਵਾਦ ਰਚਾਉਂਦੇ ਸੀ ਅਤੇ ਆਪਣੇ ਮਤਭੇਦ ਦੂਰ ਕਰਦੇ ਸੀ ਅਤੇ ਮਸਲੇ ਹੱਲ ਕਰਦੇ ਸੀ। ਦੂਸਰੀ ਬੇਨਤੀ ਮੈਂ ਕਰਨਾ ਚਾਹੁੰਦਾ ਕਿ ਅੱਜ ਸਾਡੀ ਨੌਜਵਾਨੀ ਵਿਦੇਸ਼ਾਂ ਵੱਲ ਨੂੰ ਜਾ ਰਹੀ ਹੈ, ਉੱਥੇ ਜਾ ਕੇ ਡਾਕਟਰ ਬਣਦੀ, ਵਕੀਲ ਬਣਦੀ, ਇੰਜੀਨੀਅਰ ਬਣਦੀ ਸਾਨੂੰ ਕੋਈ ਚਿੰਤਾ ਨਹੀਂ ਸੀ, ਪਰ ਲੇਬਰ ਕਰਨ ਵਾਸਤੇ ਜਾ ਰਹੀ ਹੈ। ਸਟੇਟ ਦੇ ਵਿੱਚ ਪੰਜ ਮੁੱਖ ਅਹੁਦੇ ਹੁੰਦੇ ਆ, ਚੀਫ ਸੈਕਟਰੀ, ਪਾਰਲੀਮੈਂਟ ਸੈਕਟਰੀ, ਐਡਵੋਕੇਟ ਜਨਰਲ, DGP, ADGP ਕ੍ਰਾਈਮ। ਆਉਣ ਵਾਲੇ 5 ਸਾਲਾਂ ਤੱਕ ਪੰਜਾਬ ਦੇ ਅੰਦਰ, ਹਿੰਦੁਸਤਾਨ ਛੱਡੋ ਪੰਜਾਬ ਦੇ ਅੰਦਰ, ਇਹਨਾਂ 5 ਅਹੁਦਿਆਂ ਦੇ ਉੱਤੇ ਸਾਡਾ ਇੱਕ ਵੀ ਸਿੱਖ ਨਜ਼ਰ ਨਹੀਂ ਆਉਣਾ। ਬਸ ਇਹੋ ਹੀ ਸੰਦੇਸ਼ ਨੌਜਵਾਨ ਪੀੜ੍ਹੀ ਨੂੰ ਕਿ ਪੜ੍ਹੋ 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 ਅਤੇ ਵੱਧ ਤੋਂ ਵੱਧ ਦੁਨੀਆ ਦੇ ਜਿਸ ਕੋਨੇ 'ਚ ਰਹਿੰਦੇ ਹੋ ਉੱਚੇ ਅਹੁਦਿਆਂ 'ਤੇ ਜਾਓ ਲੇਬਰ ਕਰਨ ਵਾਸਤੇ ਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਵਿਖੇ ਸਭਾਏ ਮਾਨ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰਨ ਵਾਸਤੇ, ਮਹਾਨ ਸ਼ਹੀਦਾਂ ਨੂੰ ਸਿੱਧਾ ਕਰਨ ਵਾਸਤੇ ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਵਿੱਚ ਇਕੱਤਰ ਹੋਏ ਹਾਂ, ਜਿਹਨਾਂ ਮਹਾਨ ਸ਼ਹੀਦਾਂ ਨੇ ਆਪਾਂ ਕੁਰਬਾਨ ਕਰਕੇ ਉਹਨਾਂ ਸ਼ਬਦਾਂ ਨੂੰ ਸੱਚ ਕਰ ਵਿਖਾਇਆ ਕਿ ਦੇਹ ਕਿਸ ਕੀ ਵਾਪੁਰੀ ਜੇ ਸਿੱਖੀ ਸਾਫ ਹੋਏ, ਦੇਹੀ ਤੋਂ ਆਮ ਜਾਣ ਹੈ ਫਿਰ ਸਿੱਖੀ ਮਿਲੇ ਕਬ ਹੋਏ। ਬਹੁਤ ਬਹੁਤ ਸਾਰੀ ਸੰਗਤ ਦਾ, ਜਥੇਬੰਦੀਆਂ ਦਾ, ਸੰਪਰਦਾਵਾਂ ਦਾ ਧੰਨਵਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਅੱਜ ਸ਼ਹੀਦਾਂ ਨੂੰ ਆਪਣੀ ਸ਼ਰਧਾ ਦੇ ਫੁੱਲ, ਅਕੀਦਤ ਦੇ ਫੁੱਲ ਭੇਟ ਕਰਨ ਵਾਸਤੇ ਜੋ ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਵਿੱਚ ਇਕੱਤਰ ਹੋਈ ਹੈ। ਹੁਣ ਉਹਨਾਂ ਮਹਾਨ ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ ਕੀਤਾ ਜਾਣਾ ਹੈ ਜਿਹਨਾਂ ਸ਼ਹੀਦਾਂ ਨੇ ਕੌਮ ਉੱਤੋਂ ਆਪਾ ਵਾਰ ਕੇ ਅਤੇ ਮਰਨ ਮੁਸਾ ਸਹੁਰਿਆਂ ਹੱਕ ਹੈ, ਜੇ ਹੋਏ ਮਰਨ ਪਰਿਵਾਰ ਸਹੁਰੇ ਸ੍ਰੀ ਆਗੇ ਆਖੀ ਹੈ
ਦਰਦੇ ਪਾ ਗਿਆ ਸਾਚੀ ਮਾਰੋ ਜੋ ਪਾਪਾ ਕੁਰਬਾਨ ਕਰਕੇ ਗੁਰੂ ਦੇ ਚਰਨਾਂ ਵਿੱਚ ਪ੍ਰਵਾਨ ਹੋਏ ਨੇ ਉਹਨਾਂ ਮਹਾਨ ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ ਕੀਤਾ ਜਾਣਾ ਹੈ। ਮੈਂ ਬੇਨਤੀ ਕਰਾਂਗਾ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਕਿ ਉਹ ਉਹਨਾਂ ਮਹਾਨ ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ ਕਰਨ। ਔਰ ਮਹਾਨ ਸ਼ਹੀਦਾਂ ਦੇ ਪਰਿਵਾਰਾਂ ਨੂੰ ਬੇਨਤੀ ਹੈ ਕਿ ਜੋ ਵੀ ਪਰਿਵਾਰਾਂ ਦੇ ਮੈਂਬਰ ਸੰਗਤ ਦੇ ਵਿੱਚ ਸਰਵਾਇਮਾਨ ਨੇ ਉਹ ਵੀ ਆ ਕੇ ਅਤੇ ਗੁਰੂ ਘਰ ਦੀ ਬਖਸ਼ਿਸ਼ ਸਨਮਾਨ ਪ੍ਰਾਪਤ ਕਰਨ। ਬੇਨਤੀ ਕਰਾਂਗਾ ਨਾਲ ਉਹਨਾਂ ਦੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਸਿੰਘ ਸਾਹਿਬ ਗਿਆਨੀ ਸੁਖਜਿੰਦਰ ਸਿੰਘ ਜੀ, ਗ੍ਰੰਥੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਸਿੱਖ ਸਾਹਿਬ ਗਿਆਨੀ ਗੁਰਵਿੰਦਰ ਸਿੰਘ ਜੀ, ਗ੍ਰੰਥੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਔਰ ਆ ਕੇ ਅਤੇ ਉਹਨਾਂ ਮਹਾਨ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕਰਨ ਨਾਲ ਭਾਈ ਗੋਬਿੰਦ ਸਿੰਘ ਜੀ ਰੌਂਦੋਵਾਲ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਮਹਾਨ ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ
हिंदुस्तान की हिस्ट्री एक ब्लैक डे है। 1984 जो कुछ वापरिया यह सरकार की व्योतबंदी और साजिश के अधीन इंदिरा गांधी ने किया सीगा। और जे ये आखते हैं कि उस वेले साडे को राह कोई नहीं रह गया सीगा दरबार साहब च एंटर करन दा, मैं समझदा टैंक वाड़ने तोपा वाड़नियाँ और इस करके वाड़नियाँ क्योंकि तुहाडे कोल इलैक्शन जितने वास्ते कोई होर रस्ता नहीं सीगा। तुसी हिंदू सिखां च रिफ्ट पाउण वास्ते सारा काम किया। मेरा सवाल सरकार नूं इह है कि जे तुहाडे कोल राह कोई नहीं सी ते ऑपरेशन ब्लू स्टार तो बाद जिहड़ा ऑपरेशन ब्लैक थंडर होया सी एक गोली फायर नहीं कीती, दरबार साहब कॉम्पलैक्स खाली हो गया सी, मैं समझदा सरकार दी एक साजिश सीगी। और जो पंजवें पातशाह दे शहीदी दिन च संगत दे उत्ते जो गोलियां वारियां, मैं समझदा इहदी निखेधी करदे आ और ये शायद सरकार दियां माफियां तो बाद भी ये जिहड़ा कलंक है धोता नहीं जा सकता। की होना चाहिए था, मैं समझदा एक तो इंक्वायरी जरूर होनी चाहिए है, जिदा इंग्लैंड दी सरकार ने चिट्ठी कढ़ी सी, इंदिरा गांधी ने कहा सीगा कि मैं 84 दे मई महीने च फैसला किया दरबार साहब जाण दा, जबकि मार्गरेट थैचर नूं सितंबर 1983 च उन्हें चिट्ठी लिखी है जिहड़ी उदों दी प्रधानमंत्री सीगी इंग्लैंड दी कि मैनूं इंटैलीजेंस इनपुट दे जे मैं एंटर करना होवे दरबार साहब तक किदां जावां। मैं समझदा ये इंग्लैंड दी सरकार ने यह नशर की है। मैं खुद इंग्लैंड जाके उस मिनिस्टर नूं मिल के आया ब्रिटिश गवर्नमेंट दे नूं जिन्होंने चिट्ठियां कढ़िया सी, क्योंकि कई चिट्ठियां ने जिहड़ी हले भी नहीं कढ़ रहे। मैं समझदा बड़े राज ने परतां खुलण गियां हौली हौली, समझदा ठीक है साहब। जथेदार अकाल तख्त ने कहा कि सानूं एजुकेशन वल ध्यान दे के ते बहुत तेजी दे नाल वड्डियां पोस्टां वल वधना चाहिए, मैं समझदा मैं उन्हां दी गल दे मोल लगाना वा। बगैर एजुकेशन तो बगैर एक्सीलेंस तो असी मिनोरिटी कम्यूनिटी हाँ, असी गिणती दे नाल वोटां दी साडी ऐसी ताकत नहीं हैगी कि असी मुल्क च कुछ कर सकीए। असी जे अज तक कीता तो गुरु दे आशीर्वाद नाल बॉर्डरां ते फौजां च जाके मुल्क लई शहादतां दे के कीता, लेकिन एजुकेशन च असी जिन्ने अपने बच्चे अगे लिजावांगे। अज तुसी देख लो इज़राइल एक छोटी जी कंट्री है, यहूदी जड़े ने दुनिया के राज करते हैं एजुकेशन करके। मैं इस गल्ल नूं समझदा उन्हां दी गल ठीक है जी। के साहब सिरसा साहब अजकल दिल्ली कमेटी की प्रधानगी संभाल रहे हैं, कई यहोजे स्कैंडल सामने आ रहे हैं जिहड़े सिख संस्थावां वास्ते शर्म दा बाइस बन रहे हैं, तुहाडा इहदे बारे की? मैं समझदा वा कि यह सारा कुछ पुलिस कोल हैगा, इहनां दी इंक्वायरियां चल लैण दिओ, बड़े कुछ सामने आएगा आने वाले वक्त, तुसीं आप देखो। मैं अपने दोषां नहीं दे सकदा। ਤੁਸੀਂ ਹੁਣ ਇਸ ਟਾਈਮ ਆਜ਼ਾਦ ਹੋ ਗਏ ਹੋ, ਬਾਦਲਾ ਕਰਨੀ ਹੋ ਤੇ ਤੁਸੀਂ ਪਲੀਜ਼, ਮੈਂ ਤੁਹਾਨੂੰ ਇੱਕ ਸਵਾਲ ਕਰਦੀ ਆ ਕਿ ਤੁਸੀਂ ਹੁਣ ਖੁੱਲ ਕੇ ਖਾਲਿਸਤਾਨ ਦਾ ਸਮਰਥਨ ਕਰਦੇ ਹੋ? ਦੇਖੋ ਮੈਂ ਕਦੀ ਵੀ ਖਾਲਿਸਤਾਨ ਦੇ ਵਾਸਤੇ ਨਹੀਂ ਆ, ਪਰ ਜਿਹੜੇ ਖਾਲਿਸਤਾਨ ਮੰਗਦੇ ਨੇ ਮੈਂ ਉਹਨਾਂ ਦੀ ਮੁਖਾਲਫਤ ਨਹੀਂ ਕਰਦਾ। ਜਿਹੜੇ ਖਾਲਿਸਤਾਨ ਚਾਹੁੰਦੇ ਨੇ ਜੀ ਸਦ ਕੇ ਲੈਣ, ਅਸੀਂ 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 ਖਾਲਿਸਤਾਨ ਬਣ ਜਾਂਦਾ ਕੀ ਤੁਸੀਂ ਫਿਰ ਉਸ ਤੋਂ ਬਾਅਦ ਰਹਿਣਾ ਪਸੰਦ ਕਰੋਗੇ? ਮੈਂ ਸਮਝਦਾ ਜਦੋਂ ਸਟੇਜ ਆਏਗੀ ਤੇ ਉਦੋਂ ਸੋਚਿਆ ਜਾਊਗਾ, ਲੇਕਿਨ ਮੈਂ ਸਮਝਦਾ ਕਿ ਅਸੀਂ ਸਾਡੇ ਕੋਲ ਹਲੇ ਬੜੇ ਮਸਲੇ ਨੇ ਜਿਹੜੇ ਅਸੀਂ ਹੱਲ ਕਰਾਣੇ ਨੇ। ਇਹ ਸੱਜਣ ਕੁਮਾਰ ਨੂੰ ਕਿੰਨੇ ਅੰਦਰ ਕਰਾ ਦਿੱਤਾ, 84 ਦੀ ਯਾਦਗਾਰ ਦਿੱਲੀ 'ਚ ਕਿੰਨੇ ਬਣਾਤੀ, ਲਾਲ ਕਿਲ੍ਹਾ ਜਿਸ ਤੋਂ ਗੁਰੂ ਤੇਗ ਬਹਾਦਰ ਸਾਹਿਬ ਨੂੰ, ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਨੂੰ, ਜਿੱਥੇ 84 ਦਾ ਕਤਲੇਆਮ ਹੋਵੇ ਉਸ ਲਾਲ ਕਿਲ੍ਹੇ ਦੇ ਨਿਸ਼ਾਨ ਕਿੰਨੇ ਚੜਾਏ ਨੇ। ਤੁਸੀਂ ਗੱਲ ਖਾਲਿਸਤਾਨ ਦੀ ਕਰਦੇ ਹੋ, ਇਹ ਸਮਝੋ ਅਸੀਂ ਦਿੱਲੀ 'ਚ ਬੈਠ ਕੇ ਉਸ ਸ਼ਹਿਰ 'ਚ ਪੰਜਾਬ 'ਚ ਬਹਿ ਕੇ ਨਹੀਂ ਬੋਲਦੇ, ਦਿੱਲੀ 'ਚ ਬਹਿ ਕੇ ਅਸੀਂ ਉਹ ਕੰਮ ਕੀਤੇ ਨੇ ਜਿਹੜੇ ਸ਼ਾਇਦ ਕੋਈ ਵੀ ਨਾ ਕਰ ਸਕੇ। ਖਾਲਿਸਤਾਨ ਦੇ ਉੱਤੇ ਖੜਾ, ਖਾਲਿਸਤਾਨ ਕਿਹੋ ਜਿਹਾ ਹੋਊਗਾ? ਖਾਲਿਸਤਾਨ 3 ਨਿਊਕਲੀਅਰ ਪਰਮਾਣੂ ਹਥਿਆਰਾਂ ਨਾਲ ਲਾਂਸ ਮੁਲਕ, ਇਸਲਾਮਿਕ ਪਾਕਿਸਤਾਨ, ਕਾਮਰੇਡ ਚੀਨ, ਹਿੰਦੂ ਇੰਡੀਆ ਦੇ ਵਿਚਾਲੇ ਇੱਕ ਬਫਰ ਸਟੇਟ ਬਣੇਗਾ, ਆਜ਼ਾਦ ਸੋਵਰਨ ਬਾਦਸ਼ਾਹੀ, ਜਿਵੇਂ ਹਿੰਦੂ ਦੀ ਦਿੱਲੀ ਦੇ ਵਿੱਚ ਹੈ, ਮੁਸਲਮਾਨ ਦੀ ਇਸਲਾਮਾਬਾਦ ਦੇ ਵਿੱਚ ਹੈ। ਇਹ ਬਫਰ ਸਟੇਟ ਬਣੇਗਾ।
और इस दे इलाके जिथे जिथे पंजाबी नोट करो पंजाबी ते सिख वसो हैगी है, राजस्थान हरियाणा पंजाब चंडीगढ़ यूटी हिमाचल प्रदेश जम्मू कश्मीर ले ते लद्दाख ते कच्छ दा इलाका कच्छ गुजरात दा इलाका कच्छ एक खालिस्तान दियां हद्दां होणगियां। इहदे विच सारे पंजाबी बेशक मुसलमान ईसाई हिंदू सिख है ये उन्हां दा मुल्क होगा आज़ाद होगा इहदा संविधान ਬਰਤਾਨੀਆ ਦੇ ਮੁਤਾਬਕ ਹੋਊਗਾ ਰੂਲ ਆਫ ਲਾਅ ਹੋਊਗਾ ਪ੍ਰਿੰਸੀਪਲਸ ਆਫ ਨੈਚੁਰਲ ਜਸਟਿਸ ਹੋਣਗੇ ਕਿਸੇ ਦੇ ਨਾਲ ਜਾਸਤੀ ਨਹੀਂ ਕੀਤੀ ਜਾਊਗੀ ਮਜ਼ਹਬ ਦੇ ਤੌਰ ਦੇ ਉੱਤੇ ਜਿਵੇਂ ਅੱਜ ਇੰਡੀਆ ਦੇ ਵਿੱਚ ਮੁਸਲਮਾਨ ਸਿੱਖ ਦਲਿਤ ਅਤੇ ਈਸਾਈ ਦੇ ਉੱਤੇ ਹੋ ਰਹੀ ਹੈ ਇਹ ਨਿਰਪੱਖਤਾ ਦਾ ਦੇਸ਼ ਹੋਊਗਾ ਔਰ ਜਿਹਦੇ ਨਾਲ ਦੱਖਣ ਏਸ਼ੀਆ ਦੇ ਵਿੱਚ ਹਮੇਸ਼ਾ ਦੇ ਲਈ ਚੈਨ ਦੀ ਅਤੇ ਸੁੱਖ ਦੀ ਬੰਸਰੀ ਵੱਜਦੀ ਰਹੂਗੀ। ਅੱਜ ਜਿਹੜਾ ਪ੍ਰਬੰਧ ਐਸ ਜੀ ਪੀ ਸੀ ਨੇ ਕੀਤਾ ਤੁਸੀਂ ਦੇਖਦੇ ਹੋ ਕਿ ਐਸ ਜੀ ਪੀ ਸੀ ਨੇ ਲਾਊਡ ਸਪੀਕਰ ਕਿੱਡੇ ਉੱਚੇ ਲਾ ਤੇ ਔਰ ਜਿੱਥੋਂ ਅਸੀਂ ਆਪਣੀ ਸਪੀਚ ਕਰਦੇ ਸੀ ਉਹਦੇ ਉੱਤੇ ਵੀ ਰੱਸੇ ਬਣਤੇ ਪਰ ਸਾਡੇ ਦਿਲਾਂ ਦੇ ਵਿੱਚ ਸਿੱਖ ਕੌਮ ਦਾ ਇਤਿਹਾਸ ਹੈ ਅਸੀਂ ਗੁਰੂ ਸਾਹਿਬ ਦੇ ਨਾਲ ਮੁਕਾਬਲਾ ਨਹੀਂ ਕਰਦੇ ਪਰ ਜਿੱਥੋਂ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਨੂੰ ਮਸੰਦਾਂ ਨੇ ਦਰਬਾਰ ਸਾਹਿਬ ਦੇ ਦਰਸ਼ਨ ਨਹੀਂ ਸੀ ਕਰਨ ਦਿੱਤੇ ਉਸੇ ਸਥਾਨ ਤੋਂ ਅਸੀਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਪੁਕਾਰ ਖਾਲਿਸਤਾਨ ਦੀ ਦੇ ਚੁੱਕੇ ਹਾਂ ਔਰ ਸਾਡੀ ਆਵਾਜ਼ ਇਹ ਲੋਕ ਐਸ ਜੀ ਪੀ ਸੀ ਬਾਦਲ ਦਲੀਏ ਬੀ ਜੇ ਪੀ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਰਗਾੜੀ ਵਿਖੇ ਬੇਅਦਬੀ ਕੀਤੀ ਹੈ ਸਾਡੀਆਂ ਮੰਗਾਂ ਸੀ ਕਿ ਦੋਸ਼ੀ ਫੜੇ ਜਾਣ ਕੁਛ ਫੜੇ ਗਏ ਹੈ ਪਰ ਅਜੇ ਬਾਦਲ ਸੁਖਬੀਰ ਅਤੇ ਸਮੇਤ ਸੈਣੀ ਨਹੀਂ ਗ੍ਰਿਫਤਾਰ ਹੋਏ ਤੀਜੀ ਮੰਗ ਸੀ ਕਿ ਸੰਵਿਧਾਨਕ ਤੱਥਾਂ ਦੇ ਉੱਤੇ ਗੌਰਮੈਂਟ ਆਫ ਇੰਡੀਆ ਅਤੇ ਪੰਜਾਬ ਦੀ ਸਰਕਾਰ ਜਿਹੜੇ ਸਿੱਖ 26-26 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਰਹਿਣਗੇ ਉਹਨਾਂ ਦੀ ਰਿਹਾਈ ਕੀਤੀ ਜਾਵੇ ਅਸੀਂ ਪੰਥਕ ਏਕਤਾ ਦੇ ਹਾਮੀ ਹਾਂ ਅਸੀਂ ਪਾਰਲੀਮੈਂਟ ਦੇ ਇਲੈਕਸ਼ਨਾਂ ਤੋਂ ਵੀ ਪਹਿਲਾਂ ਸਾਰੀਆਂ ਪਾਰਟੀਆਂ ਕੋਲ ਗਏ ਸੀਗੇ ਪਰ ਹੁਣ ਵੀ ਐਸ ਜੀ ਪੀ ਸੀ ਦੇ ਇਲੈਕਸ਼ਨਾਂ ਤੋਂ ਪਹਿਲਾਂ ਅਸੀਂ ਏਕਤਾ ਦੀ ਮੰਗ ਕਰਦੇ ਹਾਂ ਪਰ ਜਿਹੜੇ ਏਕਤਾ ਸਾਡੇ ਨਾਲ ਕਰਨਾ ਚਾਹੁੰਦੇ ਹੈ ਉਹ ਕਹਿੰਦੇ ਹੈ ਕਿ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਸਿਮਰਨਜੀਤ ਸਿੰਘ ਮਾਨ ਖਾਲਿਸਤਾਨ ਦੀ ਮੰਗ ਛੱਡਣ ਖਾਲਿਸਤਾਨ ਦੀ ਮੰਗ ਸੰਤ ਜਰਨੈਲ ਸਿੰਘ ਨੇ ਭਿੰਡਰਾਂ ਵਾਲਿਆਂ ਨੂੰ ਆਪਣੀ ਸ਼ਹਾਦਤ ਦੇਣ ਤੋਂ ਪਹਿਲਾਂ ਕੀਤੀ ਹੈ ਇਸ ਨੂੰ ਅਸੀਂ ਨਹੀਂ ਛੱਡ ਸਕਦੇ ਅਸੀਂ ਜਥੇਬੰਦੀਆਂ ਨੂੰ ਛੱਡ ਸਕਦੇ ਹੈ ਪਰ ਖਾਲਿਸਤਾਨ ਨੂੰ ਨਹੀਂ ਛੱਡ ਸਕਦੇ ਹੈ ਸੰਗਤ ਸਾਡੀ ਇਮਦਾਦ ਕਰੇ ਔਰ ਇਸੇ ਮੁੱਦੇ ਦੇ ਉੱਤੇ ਜਿਹੜਾ ਇੰਨਾ ਜ਼ੁਲਮ ਇਹ ਮੋਦੀ ਸਰਕਾਰ ਨੇ ਕਰਨਾ EVM ਮਸ਼ੀਨਾਂ ਵੀ ਇਹਨਾਂ ਨੇ ਚਤਰ ਕਰਕੇ ਆਪਣੇ ਰਿਜ਼ਲਟ ਕੱਢਤੇ ਹੈ ਤੁਹਾਨੂੰ ਪਤਾ ਹੈ ਅੱਜ ਪਾਰਲੀਮੈਂਟ ਦੇ ਵਿੱਚ 240 ਜਰੈਮ ਪੇਸ਼ਾ MP ਚੁਣੇ ਹੋਏ ਹੈ ਮੋਦੀ ਦੀ ਟਿਕਟ 'ਤੇ ਲੜੇ ਹੈ ਉਹ ਕਾਨੂੰਨ ਤੋਂ ਫਰਾਰ ਸੀ ਕਈ ਪਰ ਉਹਨਾਂ ਨੂੰ ਭਰੋਸਾ ਸੀ ਕਿ ਜੇ ਅਸੀਂ ਫਰਾਰ ਰਹੀਏ ਲੋਕਾਂ ਕੋਲ ਨਾ ਜਾਈਏ ਮੋਦੀ ਦੇ ਨਾਂ 'ਤੇ ਸਾਨੂੰ ਵੋਟਾਂ ਪੈ ਜਾਣੀਆਂ ਮੋਦੀ ਦਾ ਅਮਰੀਕਾ ਅਤੇ ਬਰਤਾਨੀਆ ਨੇ ਵੀਜ਼ੇ ਰੱਦ ਕੀਤੇ ਸੀ
ਕਿਉਂ ਕਰਕੇ ਮੋਦੀ ਨੇ ਜਦੋਂ ਚੀਫ ਮਿਨਿਸਟਰ ਗੁਜਰਾਤ ਦੇ ਸੀ ਉਦੋਂ 2000 ਤੋਂ ਜ਼ਿਆਦਾ ਸਨ 2002 ਦੇ ਵਿੱਚ ਮੁਸਲਮਾਨਾਂ ਦਾ ਕਤਲੇਆਮ ਕੀਤਾ, ਉਹਨਾਂ ਦੀਆਂ ਬੀਬੀਆਂ ਦੀ ਬੇਅਦਬੀ ਕੀਤੀ, ਔਰ 2013 ਦੇ ਵਿੱਚ ਮੋਦੀ ਨੇ 60,000 ਸਿੱਖ ਕਿਸਾਨ ਜਿਨ੍ਹਾਂ ਦੀਆਂ ਜ਼ਿੰਮੀਦਾਰੀਆਂ ਸੀਗੀਆਂ ਕਾਨੂੰਨ ਦੇ ਮੁਤਾਬਕ, ਉਹਨਾਂ ਨੂੰ ਬੇਘਰ ਗੈਰ ਜ਼ਮੀਨੇ ਕਰਤਾ। ਤੋ ਸਤ ਸੰਗਤ ਜੀ, ਇਹ ਬੜੇ ਵੱਡੇ ਮਸਲੇ ਹੈ ਅਤੇ ਸਾਨੂੰ ਅਫਸੋਸ ਕਰਨਾ ਚਾਹੀਦਾ ਕਿ ਜਿੰਨੇ ਵੀ ਆਪਾਂ 13 MP ਪਾਰਲੀਮੈਂਟ ਦੇ ਵਿੱਚ ਭੇਜੇ ਹੈ ਉਹ ਸਿੱਖ ਕੌਮ ਅਤੇ ਗਰੀਬ ਦੀ ਗੱਲ ਅਤੇ ਗਲਤ ਗਿਣਤੀਆਂ ਦੀ ਗੱਲ ਨਹੀਂ ਕਰ ਸਕਦੇ ਅਤੇ ਨਾ ਕਰਨਗੇ। ਸੋ ਮੈਂ ਮੁਬਾਰਕ ਦਿੰਦਾ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਵੋਟਾਂ ਪਈਆਂ, ਪਰ ਸਿੱਖ ਕੌਮ ਨੂੰ ਵੀ ਚੇਤਾਵਨੀ ਦਿੰਦਾ ਕਿ ਕੋਈ ਵੀ ਕੌਮ ਆਪਣੇ ਦੁਸ਼ਮਣ ਦੇ ਹੱਥ ਦੇ ਵਿੱਚ ਅਸਲਾ ਨਹੀਂ ਫੜਾਇਆ ਕਰਦੀ। ਸਿੱਖ ਕੌਮ ਨੇ ਇਹਨਾਂ ਲੋਕਾਂ ਨੂੰ ਪਾਰਲੀਮੈਂਟ ਦੇ ਵਿੱਚ ਭੇਜਿਆ। ਮੈਂ ਸਾਰੀਆਂ ਚੀਜ਼ਾਂ ਦਾ ਜਵਾਬ ਦਊਂਗਾ, ਪਰ ਮੈਨੂੰ ਆਪਣੀ ਸਿੱਖ ਕੌਮ ਦੀ ਗੱਲ ਕਰ ਲੈਣ ਦਿਓ। ਹੁਣ ਤੁਹਾਡੇ ਲਈ ਪ੍ਰੈਸ ਕਾਨਫਰੰਸ ਖੁੱਲ੍ਹੀ ਹੈ, ਇੱਕ ਇੱਕ ਕਰਕੇ ਮੈਨੂੰ ਪੁੱਛੋ। ਮਾਨ ਸਾਹਿਬ, ਅੱਜ ਆਪਾਂ ਜਿਹੜਾ ਮਾਹੌਲ ਵੇਖਿਆ, ਹਰ ਵਾਰੀ ਸ਼੍ਰੋਮਣੀ ਕਮੇਟੀ ਇਸ ਤਰ੍ਹਾਂ ਦਾ ਮਾਹੌਲ ਪੈਦਾ ਕਰਦੇ ਆ, ਕੀ ਲੱਗਦਾ? ਇਹਨਾਂ ਦੀ ਮਿਆਦ ਖਤਮ ਹੋ ਗਈ ਹੈ। ਬਾਦਲ ਸੈਂਟਰ ਦੀ ਪਨਾਹ ਲੈ ਕੇ ਇਸ ਦੇ ਇਲੈਕਸ਼ਨ ਨਹੀਂ ਹੋਣ ਦਿੰਦਾ, ਔਰ ਨਾ ਹੀ ਕੈਪਟਨ ਅਮਰਿੰਦਰ ਸਿੰਘ ਦਿਲਚਸਪੀ ਲੈ ਰਹੇ ਹੈ ਕਿ ਅਸੀਂ ਜਮਹੂਰੀਅਤ ਨੂੰ, ਸਿੱਖਾਂ ਦੀ ਜਿਹੜੀ ਸਭ ਤੋਂ ਵੱਡੀ ਪਾਰਲੀਮੈਂਟ ਹੈ ਏਸ਼ੀਆ ਦੇ ਵਿੱਚ ਬਣੀ, ਉਹਦੇ ਇਲੈਕਸ਼ਨ ਕਰਾਏ ਜਾਣ, ਸਾਡੀ ਮੰਗ ਹੈ। ਇਹ ਚੱਕਰ ਤੁਹਾਨੂੰ ਜਰਨਲਿਸਟ ਨੂੰ ਸਾਰਾ ਪਤਾ ਕੀ ਚੱਕਰ ਹੈ। ਮੈਨੂੰ ਤੁਸੀਂ ਜ਼ਲੀਲ ਕਰਦੇ ਹੋ, ਤੁਸੀਂ ਹੁਣ ਮੈਨੂੰ ਪੁੱਛੋ ਕਿ ਤੈਨੂੰ ਇੰਨੀ ਗਿਣਤੀ ਦੇ ਨਾਲ ਪਾਰਲੀਮੈਂਟ ਦੇ ਵਿੱਚ ਭੇਜਿਆ ਸੀ ਅਤੇ ਇੱਥੋਂ ਕਿਉਂ ਨਹੀਂ ਕੁਛ ਬਣਿਆ? ਜਿੰਨਾ ਕੁਛ ਮੈਂ ਕਰ ਸਕਦਾ ਸੀ ਕਰਤਾ ਸੀ। ਚੰਦਰ ਸ਼ੇਖਰ ਉਸ ਵੇਲੇ ਦੇ ਪ੍ਰਾਈਮ ਮਿਨਿਸਟਰ ਨੂੰ ਖਾਲਿਸਤਾਨ ਦਾ ਪਰਚਾ ਦਿੱਤਾ ਸੀ, ਬਾਅਦ ਦੇ ਵਿੱਚ ਇਲੈਕਸ਼ਨਾਂ ਹੋਣੀਆਂ ਸੀ, ਅਸੈਂਬਲੀ ਦੀਆਂ ਇਲੈਕਸ਼ਨਾਂ ਸੈਂਟਰ ਨੇ ਨਹੀਂ ਕਰਾਈਆਂ। ਉਸ ਵੇਲੇ ਖਾੜਕੂਆਂ ਦੇ ਹੱਥ ਦੇ ਵਿੱਚ ਸਿਆਸਤ ਸੀ, ਉਹਨਾਂ ਦੀ ਪੂਰੀ ਅਸੀਂ ਇਮਦਾਦ ਕੀਤੀ ਹੈ ਅਤੇ ਹਕੂਮਤ ਦੇ ਕੋਲੇ ਅਸੀਂ ਕਿਹਾ ਕਿ ਖਾੜਕੂਆਂ ਦੇ ਨਾਲ ਗੱਲ ਕਰੋ। ਚੰਦਰ ਸ਼ੇਖਰ ਪ੍ਰਾਈਮ ਮਿਨਿਸਟਰ ਨੇ ਗੇਟ ਖੋਲ੍ਹਤੇ ਸੀ ਗੱਲਬਾਤ ਕਰਨ ਦੇ। ਅਗਲੀ ਗੱਲ, ਜਿਹੜੇ ਸਾਡੇ ਹਥਿਆਰਬੰਦ ਵੀਰ ਸੀ ਉਹ ਦੱਸ ਸਕਦੇ ਹੈ ਕਿ ਅੱਗੇ ਕਿਉਂ ਨਹੀਂ ਚੱਲਿਆ। ਤੀਜੀ ਚੀਜ਼, ਤੁਸੀਂ ਮੈਨੂੰ ਕਹੋਗੇ ਕਿ ਤਲਵਾਰ ਦਾ ਪੰਗਾ ਕਿਉਂ ਪਾ ਲਿਆ? ਇਹ ਮੇਰਾ ਹੱਕ ਹੈ। ਕੱਲ੍ਹ ਨੂੰ ਖਾਲਿਸਤਾਨ ਬਣ ਜੇ, ਖਾਲਿਸਤਾਨ ਦੀ ਪਾਰਲੀਮੈਂਟ ਕਹੇ ਕਿ ਹਿੰਦੂ ਦਾ ਜਨੇਊ ਲਾ ਕੇ ਫਿਰ ਅਸੀਂ ਖਾਲਿਸਤਾਨ ਦੀ ਪਾਰਲੀਮੈਂਟ ਦੇ ਵਿੱਚ ਵੜਨ ਦੇਵਾਂਗੇ। ਇਹ ਸ਼ਰਮ ਦੀ ਗੱਲ ਹੈ ਕਿ ਬਰਤਾਨੀਆ ਨੇ ਅੱਜ ਇਸ ਕਿਰਪਾਨ ਨੂੰ ਚੱਕਣ ਦਾ, ਰੱਖਣ ਦਾ ਹੱਕ ਦੇਤਾ, ਪਰ ਅਜੇ ਤੱਕ ਜਿਹੜਾ ਸੰਵਿਧਾਨ ਦੇ ਵਿੱਚ ਮੇਰਾ ਹੱਕ ਹੈ ਆਰਟੀਕਲ 25 ਦੇ ਤਹਿਤ ਕਿ ਮੈਂ ਕਿਰਪਾਨ ਫੜ ਵੀ ਸਕਦਾ, ਪਹਿਨ ਵੀ ਸਕਦਾ, ਇਹ ਹੱਕ ਸਾਨੂੰ ਸੰਵਿਧਾਨਕ ਅੱਜ ਹਿੰਦੂ ਪਾਰਲੀਮੈਂਟ ਨੇ ਕਿਉਂ ਨਹੀਂ ਦਿੱਤਾ? ਲੜਾਈ ਸਾਰੀ ਇੱਥੇ ਹੈ। ਤਿੰਨ ਚੀਜ਼ਾਂ ਮੈਂ ਖੁਦ ਮੰਨ ਗਿਆ ਜਿਹਦੇ 'ਤੇ ਤੁਸੀਂ ਮੈਨੂੰ ਜ਼ਲੀਲ ਕਰਦੇ ਹੋ, ਚੌਥੀ ਜ਼ਲਾਲਤ ਦੱਸ ਦਿਓ, ਉਹ ਤਾਂ ਵੀ ਮੈਂ ਧੀਰ ਦੇ ਨਾਲ ਜਵਾਬ ਦੇ ਦੂੰ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।